ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅੰਮ੍ਰਿਤਸਰ ਆਏ। ਇਸ ਵਿੱਚ ਉਹ ਉਹਨਾਂ ਪਰਿਵਾਰਾਂ ਨੂੰ ਮਿਲੇ ਜੋ ਹਿਮਾਚਲ ਪ੍ਰਦੇਸ਼ ਦੇ ਇੱਕ ਹਾਦਸੇ ਦਾ ਸ਼ਿਕਾਰ ਹੋਏ ਸਨ, ਜਿਸ ਵਿੱਚ 8 ਨੌਜਵਾਨਾਂ ਦੀ ਮੌਤ ਹੋਈ ਸੀ। ਉਹਨਾਂ ਨੇ ਐਲਾਨ ਕੀਤਾ ਹੈ ਕਿ ਸਰਕਾਰ ਹਰ ਪਰਿਵਾਰ ਨੂੰ 2 ਲੱਖ ਰੁਪਏ ਦੀ ਮਦਦ ਕਰੇਗੀ। 2 ਲੱਖ ਰੁਪਏ ਦਾ ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਮਦਦ ਹਰ ਫੈਮਿਲੀ ਨੂੰ, ਇਨਫੈਕਟ ਇੰਕਲੂਡਿੰਗ ਜਿਹੜੇ ਇੱਕ ਵਿਚਾਰੇ ਹੈਗੇ ਇੰਜਰਡ ਹੈਗੇ ਉਹਨਾਂ ਨੂੰ ਵੀ 2 ਲੱਖ ਰੁਪਏ ਦਾ ਉਹਨਾਂ ਨੂੰ ਸਹਾਇਤਾ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਥੇ ਅਨਾਊਂਸ ਕੀਤਾ। ਇਸ ਵਿੱਚ ਆਪਣੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਉਹਨਾਂ ਦਾ ਕਹਿਣਾ ਸੀ ਕਿ ਜੋ ਅੰਮ੍ਰਿਤਸਰ ਨੂੰ ਵਰਲਡ ਕਲਾਸ ਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ ਉਹ ਕਾਂਗਰਸ ਸਰਕਾਰ ਦਾ ਇੱਕ ਵੱਡਾ ਪ੍ਰਯਾਸ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਕੈਪਟਨ ਸਾਹਿਬ ਨੇ ਉਹਦੇ ਵਾਸਤੇ ਬੁਲਾ ਕੇ ਸਾਰੇ ਮੈਂਬਰ ਸਾਹਿਬਾਨ ਨਾਲ, ਮੇਅਰ ਸਾਹਿਬ ਨਾਲ ਬੈਠ ਕੇ ਡਿਸਕਸ ਵੀ ਕੀਤੀ ਹੈ ਵੀ ਉਹਨਾਂ ਨੇ ਕਿਹਾ ਤੁਸੀਂ ਸਾਡੇ ਇਹ ਪ੍ਰਪੋਜ਼ਲ ਦਿਓ। ਆਈ ਹੈਵ ਰਿਕੁਐਸਟਡ ਕੈਪਟਨ ਸਾਹਿਬ ਵੀ ਇਹਨੂੰ ਪੀਸ ਮੀਲ ਦੇ ਅੰਦਰ ਨਹੀਂ, ਇਹਨੂੰ ਇੱਕ ਹੋਲਿਸਟਿਕ ਅਪਰੋਚ ਲੈ ਕੇ ਇੱਕ ਵਰਲਡ ਕਲਾਸ ਕੰਪੀਟੀਸ਼ਨ ਕਰਵਾਇਆ ਜਾਵੇ ਅਰਬਨ ਪਲੈਨਰ ਅਰਬਨ ਡਿਜ਼ਾਈਨਰਸ ਦਾ, ਤਾਂ ਕਿ ਇਹ ਸ਼ਹਿਰ ਨੂੰ ਇੱਕ ਹਿੰਦੁਸਤਾਨ ਦਾ 1 ਨੰਬਰ ਦਾ ਸ਼ਹਿਰ ਬਣਾਇਆ ਜਾਵੇ। ਮੈਂ ਤਾਂ ਕਹਿੰਦਾ ਵਰਲਡ 'ਚ 1 ਨੰਬਰ ਦਾ ਬਣਾਇਆ ਜਾਵੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।